ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਜੀ ਸੀ, ਉਹਨਾਂ ਨੇ ਬਚਪਨ ਤੋਂ ਹੀ ਕਿਰਤ ਕਮਾਈ ਕਰਕੇ ਗੁਜਰਾਨ ਕੀਤਾ। ਆਪ ਜੀ ਸੇਵਾ ਅਤੇ ਸਿਮਰਨ ਦੇ ਪੁੰਜ ਸਨ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਜਵਾਈ ਵੀ ਬਣ ਗਏ ਸਨ, ਪਰ ਫਿਰ ਵੀ ਉਹਨਾਂ ਨੇ ਸੇਵਾ ਵੱਲੋਂ ਮੁੱਖ ਨਹੀਂ ਮੋੜਿਆ ਸੀ। ਮੈਂ ਅੱਜ ਉਹਨਾਂ ਵੱਲੋਂ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਪਾਵਨ ਗੁਰਗੱਦੀ ਬਖਸ਼ਿਸ਼ ਕੀਤੀ, ਉਸ ਤੋਂ ਪਹਿਲਾਂ ਉਹਨਾਂ ਨੇ ਕਿਸ ਤਰ੍ਹਾਂ ਸੇਵਾ ਕੀਤੀ, ਇੱਕ ਸੇਵਾ ਬਾਰੇ ਬੰਦ ਕਹਿ ਕੇ ਉਹਨਾਂ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਇਹ ਕਵਿਤਾ ਕਹਿਣ ਜਾ ਰਿਹਾ ਹਾਂ। ਸੇਵਾ ਉਹ ਮਨੁੱਖ ਹੈ ਕਰ ਸਕਦਾ, ਕਿਰਪਾ ਜਿਹਦੇ ਤੇ ਕਰਦਾ ਪਰਮਾਤਮਾ ਏ। ਸੇਵਾ ਉਹ ਮਨੁੱਖ ਹੈ ਕਰ ਸਕਦਾ, ਕਿਰਪਾ ਜਿਹਦੇ ਤੇ ਕਰਦਾ ਪਰਮਾਤਮਾ ਏ। ਤਨ ਮਨ ਧਨ ਦੇ ਨਾਲ ਜੋ ਕਰੇ ਸੇਵਾ, ਸ਼ੁੱਧ ਹੁੰਦੇ ਸਰੀਰ ਤੇ ਆਤਮਾ ਏ। ਸੇਵਾ ਕਰਦਾ ਜੋ ਦੁਖੀ ਮਨੁੱਖਤਾ ਦੀ, ਉਹਦੇ ਪਾਪਾਂ ਦਾ ਹੁੰਦਾ ਫਿਰ ਖਾਤਮਾ ਏ। ਆ ਨਦਰੀ ਨਦਰ ਹੈ ਹੋ ਨਿਹਾਲ ਜਾਂਦਾ, ਮਿਲਦੀ ਆਤਮਾ ਵਿੱਚ ਪਰਮਾਤਮਾ ਏ। ਨਦਰੀ ਨਦਰ ਹੈ ਹੋ ਨਿਹਾਲ ਜਾਂਦਾ, ਮਿਲਦੀ ਆਤਮਾ ਵਿੱਚ ਪਰਮਾਤਮਾ ਏ। ਤੇ ਤੀਜੇ ਗੁਰਾਂ ਦੇ ਬਣੇ ਜਵਾਈ ਭਾਵੇਂ, ਭਾਈ ਜੇਠਾ ਜੀ ਤੀਜੇ ਗੁਰਾਂ ਦੇ ਬਣੇ ਜਵਾਈ ਭਾਵੇਂ, ਭਾਈ ਜੇਠੇ ਨੇ ਕੀਤੀ ਮਹਾਨ ਸੇਵਾ। ਖਿੜੇ ਮੱਥੇ ਸੀ ਟੋਕਰੀ ਢੋਈ ਸਿਰ ਤੇ, ਉਹਨਾਂ ਸਮਝੀ ਨਾ ਕਦੇ ਅਪਮਾਨ ਸੇਵਾ। ਸਿਰ ਤੇ ਮਿੱਟੀ ਦੀ ਟੋਕਰੀ ਰਹਿ ਚੁੱਕਦੇ, ਸਦਾ ਸਮਝ ਕੇ ਸਿੱਖੀ ਦੀ ਸ਼ਾਨ ਸੇਵਾ। ਆਏ ਕਦੇ ਨਾ ਹੋਮੇ ਹੰਕਾਰ ਅੰਦਰ, ਕੀਤੀ ਹੋ ਕੇ ਸਦਾ ਨਿਰਮਾਣ ਸੇਵਾ। ਆਏ ਕਦੇ ਨਾ ਹੋਮੇ ਹੰਕਾਰ ਅੰਦਰ, ਕੀਤੀ ਹੋ ਕੇ ਸਦਾ ਨਿਰਮਾਣ ਸੇਵਾ। ਤੋ ਤੀਜੇ ਪਾਤਸ਼ਾਹ ਸੋਚ ਕੇ ਸੋਚ ਲੰਮੀ, ਤੀਜੇ ਪਾਤਸ਼ਾਹ ਸੋਚ ਕੇ ਸੋਚ ਲੰਮੀ, ਦੋਏ ਪ੍ਰਾਹੁਣੇ ਬੁਲਾਉਣ ਲਈ ਹੁਕਮ ਕੀਤਾ। ਸਿੱਖੀ ਸਿਦਕ ਦੀ ਪ੍ਰੀਖਿਆ ਲੈਣ ਖਾਤਰ ਇੱਕ ਥੜਾ ਬਣਾਉਣ ਲਈ ਹੁਕਮ ਕੀਤਾ। ਹੁੰਦਾ ਪਾਸ ਕਿਹੜਾ ਇਮਤਿਹਾਨ ਵਿੱਚੋਂ, ਗੁਰਾਂ ਇਹ ਅਜਮਾਉਣ ਲਈ ਹੁਕਮ ਕੀਤਾ। ਤੇ ਬਣੇ ਥੜੇ ਨੂੰ ਤੱਕ ਕੇ ਹਰ ਵਾਰੀ ਗੁਰੂ ਸਾਹਿਬ ਨੇ ਢਾਉਣ ਲਈ ਹੁਕਮ ਕੀਤਾ। ਬਣੇ ਥੜੇ ਨੂੰ ਤੱਕ ਕੇ ਹਰ ਵਾਰੀ ਗੁਰੂ ਸਾਹਿਬ ਨੇ ਢਾਉਣ ਲਈ ਹੁਕਮ ਕੀਤਾ। ਨਹੀਂ ਇਹ ਪਸੰਦ ਨਹੀਂ ਥੜਾ ਮੈਨੂੰ, ਢਾ ਕੇ ਫੇਰ ਬਣਾਉਣ ਲਈ ਹੁਕਮ ਕੀਤਾ। ਤੇ ਭਾਈ ਰਾਮਾ ਜੀ ਅੱਕ ਕੇ ਕਹਿਣ ਲੱਗੇ, ਤੁਸਾਂ ਸਾਨੂੰ ਖਿਜਾਉਣ ਲਈ ਹੁਕਮ ਕੀਤਾ। ਭਾਈ ਰਾਮਾ ਜੀ
ਅੱਕ ਕੇ ਕਹਿਣ ਲੱਗੇ, ਤੁਸੀਂ ਸਾਨੂੰ ਖਿਜਾਉਣ ਲਈ ਹੁਕਮ ਕੀਤਾ, ਬਿਰਦ ਉਮਰ ਕਰਕੇ ਤੁਸੀਂ ਭੁੱਲ ਜਾਂਦੇ, ਪਹਿਲਾਂ ਜਿੱਦਾਂ ਬਣਾਉਣ ਲਈ ਹੁਕਮ ਕੀਤਾ, ਹਰ ਵਾਰੀ ਬਣਾਵਾਂ ਮੈਂ ਥੜਾ ਉਦਾਂ ਜਿੱਦਾਂ ਤੁਸੀਂ ਬਣਾਉਣ ਲਈ ਹੁਕਮ ਕੀਤਾ, ਹਰ ਵਾਰੀ ਬਣਾਵਾਂ ਮੈਂ ਥੜਾ ਉਦਾਂ ਜਿੱਦਾਂ ਤੁਸਾਂ ਬਣਾਉਣ ਲਈ ਹੁਕਮ ਕੀਤਾ। ਤੋ ਭਾਈ ਜੇਠੇ ਨੂੰ ਕਿਹਾ, ਜਦ ਸਤਿਗੁਰਾਂ ਨੇ ਭਾਈ ਜੇਠੇ ਨੂੰ ਕਿਹਾ, ਜਦ ਸਤਿਗੁਰਾਂ ਨੇ ਕਹਿੰਦਾ, ਬੜਾ ਮੈਂ ਤਾਂ ਭੁੱਲਣਹਾਰ ਦਾਤਾ, ਹਰ ਵਾਰੀ ਹੋ ਤੁਸੀਂ ਤਾਂ ਠੀਕ ਦੱਸਦੇ, ਮੈਂ ਹੀ ਭੁੱਲ ਜਾਂਦਾ ਹਰ ਵਾਰ ਦਾਤਾ, ਟੇਢਾ ਮੇਢਾ ਬਣ ਜਾਂਦਾ ਏ ਥੜਾ ਮੇਥੋਂ, ਢਾ ਕੇ ਦਿੰਦਾ ਹਾਂ ਫੇਰ ਉਸਾਰ ਦਾਤਾ, ਵਾਰ ਵਾਰ ਮੈਂ ਗਲਤੀ ਤੇ ਕਰਾਂ ਗਲਤੀ, ਤੁਸੀਂ ਬਖਸ਼ ਦਿੰਦੇ ਹਰ ਵਾਰ ਦਾਤਾ, ਵਾਰ ਵਾਰ ਮੈਂ ਗਲਤੀ ਤੇ ਕਰਾਂ ਗਲਤੀ, ਤੁਸੀਂ ਬਖਸ਼ ਦਿੰਦੇ ਹਰ ਵਾਰ ਦਾਤਾ, ਓਨੀ ਵਾਰ ਹੀ ਥੜਾ ਬਣਾਊ ਮੈਂ ਤਾਂ, ਓਨੀ ਵਾਰ ਹੀ ਥੜਾ ਬਣਾਊ ਮੈਂ ਤਾਂ, ਹੁਕਮ ਕਰੋਗੇ ਜਿੰਨੀ ਵੀ ਵਾਰ ਦਾਤਾ, ਤੁਸੀਂ ਦਿਆਲੂ ਕਿਰਪਾਲੂ ਹੋ ਪਾਤਸ਼ਾਹ ਜੀ, ਕੀਤੀ ਮੇਰੇ ਤੇ ਰਹਿਮਤ ਅਪਾਰ ਦਾਤਾ, ਹੁਕਮ ਮੰਨ ਕੇ ਸੇਵਾ ਮੈਂ ਰਹਾਂ ਕਰਦਾ, ਹੁਕਮ ਮੰਨ ਕੇ ਸੇਵਾ ਮੈਂ ਰਹਾਂ ਕਰਦਾ, ਸਾਰੀ ਉਮਰ ਕਰਾਈ ਇਹ ਕਾਰ ਦਾਤਾ, ਥੜਾ ਬਣਨਾ ਏ ਵਧੀਆ ਤੇ ਸਾਫ ਸੁਥਰਾ, ਥੋਡੀ ਮੇਰ ਦੇ ਨਾਲ ਦਤਾਰ ਦਾਤਾ, ਥੜਾ ਬਣਨਾ ਏ ਵਧੀਆ ਤੇ ਸਾਫ ਸੁਥਰਾ, ਥੋਡੀ ਮੇਰ ਦੇ ਨਾਲ ਦਾਤਾਰ ਦਾਤਾ। ਸੁਣ ਕੇ ਬਚਨ ਇਹ ਜੇਠੇ ਦੇ ਮੁੱਖ ਵਿੱਚੋਂ, ਸੁਣ ਕੇ ਬਚਨ ਇਹ ਜੇਠੇ ਦੇ ਮੁੱਖ ਵਿੱਚੋਂ, ਸਤਿਗੁਰ ਆਖਿਆ ਵਜਦ ਵਿੱਚ ਆ ਕੇ ਤੇ, ਸਿੱਖਾ ਸੇਵਾ ਦੀ ਸਿੱਖੀ ਤੂੰ ਜਾਚ ਪੂਰੀ, ਵਾਰ ਵਾਰ ਇਹ ਥੜਾ ਬਣਾ ਕੇ ਤੇ, ਥੜਾ ਨਹੀਂ ਤੂੰ ਤਖਤ ਬਣਾ ਰਿਹਾ ਸੀ, ਥੜਾ ਨਹੀਂ ਤੂੰ ਤਖਤ ਬਣਾ ਰਿਹਾ ਸੀ, ਸੇਵਾ ਸਿਮਰਨ ਦੀ ਮਿਹਨਤ ਲਗਾ ਕੇ ਤੇ, ਤੇਰੀ ਸੇਵਾ ਨੇ ਕੀਤਾ ਏ ਵਸ ਮੈਨੂੰ, ਗੁਰਾਂ ਆਖਿਆ ਸੀਨੇ ਨਾਲ ਲਾ ਕੇ ਤੇ, ਤੇਰੀ ਸੇਵਾ ਨੇ ਕੀਤਾ ਏ ਵਸ ਮੈਨੂੰ, ਗੁਰਾਂ ਆਖਿਆ ਸੀਨੇ ਨਾਲ ਲਾ ਕੇ ਤੇ। ਪਾਤਸ਼ਾਹ ਜੀ ਕੀ ਫਰਮਾਨ ਕਰ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਮੁਖਾਰ ਬਿੰਦ ਵਿੱਚੋਂ, ਇਹ ਹੈ ਗੁਰੂ ਦੀ ਗੱਦੀ ਦਾ ਅਸਲ ਵਾਰਸ, ਇਹ ਹੈ ਗੁਰੂ ਦੀ ਗੱਦੀ ਦਾ ਅਸਲ ਵਾਰਸ, ਕਿਹਾ ਸੰਗਤਾਂ ਨੂੰ ਗੁਰਾਂ ਸੁਣਾ ਕੇ ਤੇ, ਬਾਬੇ ਬੁੱਢੇ ਤੋਂ ਜੇਠੇ ਨੂੰ ਉਸੇ ਵੇਲੇ ਗੁਰ ਗੱਦੀ ਦਾ ਤਿਲਕ ਲਗਵਾ ਕੇ ਤੇ,
ਪੰਜ ਪੈਸੇ ਤੇ ਨਾਰੀਅਲ ਰੱਖ ਅੱਗੇ ਮੱਥਾ ਟੇਕਿਆ ਸੀਸ ਨਿਵਾ ਕੇ ਤੇ ਨਦਰੀ ਨਦਰ ਸੀ ਕਰ ਨਿਹਾਲ ਦਿੱਤਾ ਭਾਈ ਜੇਠੇ ਨੂੰ ਗੁਰੂ ਬਣਾ ਕੇ ਤੇ ਨਦਰੀ ਨਦਰ ਸੀ ਕੀਤਾ ਨਿਹਾਲ ਜਾਚਕ ਭਾਈ ਜੇਠੇ ਨੂੰ ਗੁਰੂ ਬਣਾ ਕੇ ਤੇ ਭਾਈ ਜੇਠੇ ਨੂੰ ਗੁਰੂ ਬਣਾ ਕੇ ਤੇ ਭਾਈ ਜੇਠੇ ਨੂੰ ਗੁਰੂ ਬਣਾ ਕੇ ਤੇ